ਮਾਮਲਾ ਇੱਦਾਂ ਜੀ, ਸਾਡੇ ਚੀਫ ਡਾਇਰੈਕਟਰ ਵਿਜੀਲੈਂਸ ਵੱਲੋਂ ਜੋ ਰਿਸ਼ਵਤਖੋਰੀ ਦੇ ਖਿਲਾਫ ਅਸੀਂ ਮੁਹਿੰਮ ਵਿੱਢੀ ਹੋਈ ਹੈ, ਉਹਦੇ ਤਹਿਤ ਇੱਕ ਇਨਫੋਰਮੇਸ਼ਨ ਇੱਥੇ ਆਈ ਸੀ ਸਰ ਸਾਡੇ SSP ਸਰਦਾਰ ਵਰਿੰਦਰ ਸਿੰਘ ਬਰਾੜ ਜੀ ਉਹਨਾਂ ਕੋਲ, ਕਿ ਇੱਕ ਸੰਮਨ ਸਟਾਫ ਦਾ ਬਠਿੰਡੇ ਦਾ ਕਰਮਚਾਰੀ ASI ਤੇਜਿੰਦਰ ਕੁਮਾਰ ਹੈ, ਇਹ ਇੱਕ ਜਸਵਿੰਦਰ ਸਿੰਘ ਇੱਥੋਂ ਦਾ ਆਦਮੀ ਹੈ, ਉਹਦਾ ਕੇਸ ਚੱਲਦਾ ਸੀ ਕੋਰਟ ਵਿੱਚ ਚੈੱਕ ਦੇ ਸੰਬੰਧੀ, ਉਹਦੇ ਵਿੱਚ ਇੱਕ ਲੇਡੀ ਨਾਲ ਉਹਦਾ ਕੇਸ ਚੱਲਦਾ ਸੀ, ਉਹ ਲੇਡੀ ਦਾ ਅਰੈਸਟ ਵਾਰੰਟ ਜਾਰੀ ਹੋਇਆ ਸੀ, ਇਹ ਜੋ ਸੰਮਨ ਸਟਾਫ ਦਾ ASI ਹੈ ਇਹ ਉਸ ਨੂੰ ਉਹ ਸੰਮਨ ਤਮੀਲ ਕਰਨ ਉਸ ਲੇਡੀ ਨੂੰ ਅਰੈਸਟ ਕਰਨ ਦੇ ਲਈ ਉਸਦੇ ਕੋਲ 10,000 ਦੀ ਰਿਸ਼ਵਤ ਦੀ ਮੰਗ ਕਰਦਾ ਸੀ, ਜਿਸ ਬੰਦੀ ਇਹਨੇ 3,000 ਪਹਿਲਾਂ ਉਸਨੂੰ ਦਿੱਤਾ ਸੀ, 5,000 ਦੀ ਅੱਜ ਮੰਗ ਕਰ ਰਿਹਾ ਸੀ, ਉਹ ਅਸੀਂ ਇਸ ਨੂੰ ਇੱਥੇ 5,000 ਰਿਸ਼ਵਤ ਲੈਂਦੇ ਰੈੱਡ ਹੈਂਡਡ ਰੰਗੇ ਹੱਥੀਂ ਗ੍ਰਿਫਤਾਰ ਕੀਤਾ, ਬਾਕੀ ਕਾਰਵਾਈ ਅਸੀਂ ਕਰ ਰਹੇ ਹਾਂ।